ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਨ ਲੱਗੇ ਹਾਂ ਪੰਜਾਬੀ 뮤직 ਇੰਡਸਟਰੀ ਦੇ ਇੱਕ ਇਹੋ ਜਿਹੇ ਕਲਾਕਾਰ ਦੇ ਬਾਰੇ ਜੋ ਕਿ ਬਹੁਤ ਵਧੀਆ ਲਿਖਦੇ ਵੀ ਨੇ ਗਾਉਂਦੇ ਵੀ ਨੇ ਤੇ ਜਲਦ ਹੀ ਸਿਨੇਮਾ ਇੰਡਸਟਰੀ ਦੇ ਵਿੱਚ ਵੀ ਆਪਣਾ ਡੈਬਿਊ ਕਰਨ ਜਾ ਰਹੇ ਨੇ ਮੈਂ ਗੱਲ ਕਰ ਰਹੀ ਹਾਂ ਜੀ ਪੰਜਾਬੀ ਆਰਟਿਸਟ ਸਿੰਘਾ ਦੀ ਸਿੰਘਾ ਦਾ ਲੇਟੈਸਟ ਸੌਂਗ ਰਿਲੀਜ਼ ਹੋਇਆ ਸੀ 100 ਗੁਲਾਬ ਜਿਸ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਤੇ ਹੁਣ ਹਾਲ ਹੀ ਦੇ ਵਿੱਚ ਸਿੰਘਾ ਨੇ ਆਪਣੇ ਫੈਨਸ ਦੇ ਲਈ ਇੱਕ ਹੋਰ ਸਰਪ੍ਰਾਈਜ਼ ਅਨਾਉਂਸ ਕਰ ਦਿੱਤਾ ਹੈ ਉਹ ਸਰਪ੍ਰਾਈਜ਼ ਕੀ ਹੈ ਤੇ ਉਹਦੇ ਬਾਰੇ ਹੋਰ ਡੀਟੇਲਸ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜੇਕਰ ਤੁਸੀਂ ਇਸ ਖਬਰ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਪੰਜਾਬੀ ਬਾਕਸ ਨੂੰ ਲਾਈਕ ਐਂਡ ਫੋਲੋ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਇਸ ਖਬਰ ਨੂੰ ਯੂਟਿਊਬ ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਪੰਜਾਬੀ ਬਾਕਸ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਹੁਣ ਗੱਲ ਕਰਦੇ ਹਾਂ ਸਿੰਘਾ ਦੇ ਅਪਕਮਿੰਗ ਸਰਪ੍ਰਾਈਜ਼ ਦੇ ਬਾਰੇ ਵੈਲ ਉਹਨਾਂ ਦਾ ਇਹ ਸਰਪ੍ਰਾਈਜ਼ ਕੁਝ ਹੋਰ ਨਹੀਂ ਬਲਕਿ ਉਹਨਾਂ ਦੇ ਫੈਨਸ ਦੇ ਲਈ ਹੈ ਉਹਨਾਂ ਦਾ ਨਵਾਂ ਸੌਂਗ ਜਿਸ ਦਾ ਟਾਈਟਲ ਹੈ ਰਾਜਾ ਰਾਣੀ ਸਿੰਘਾ ਨੇ ਆਪਣੇ ਇਸ ਅਪਕਮਿੰਗ ਸੌਂਗ ਦਾ ਪੋਸਟਰ ਹਾਲ ਹੀ ਦੇ ਵਿੱਚ ਸ਼ੇਅਰ ਕੀਤਾ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਇੱਕ ਲੇਟੈਸਟ ਪੋਸਟ ਦੇ ਵਿੱਚ ਸਭ ਤੋਂ ਪਹਿਲਾਂ ਚੈੱਕ ਕਰੋ ਇਸ ਸੌਂਗ ਦੇ ਪੋਸਟਰ ਨੂੰ ਸੌਂਗ ਦਾ ਪੋਸਟਰ ਤਾਂ ਬਹੁਤ ਹੀ ਵਧੀਆ ਹੈ ਅਤੇ ਸੌਂਗ ਦੇ ਟਾਈਟਲ ਐਂਡ ਪੋਸਟਰ ਨੂੰ ਦੇਖ ਕੇ ਅਸੀਂ ਗੈਸ ਲਾ ਹੀ ਸਕਦੇ ਹਾਂ ਕਿ ਸਿੰਘਾ ਦਾ ਇਹ ਅਪਕਮਿੰਗ ਸੌਂਗ ਡੈਫੀਨੇਟਲੀ ਇੱਕ ਰੋਮਾਂਟਿਕ ਸੌਂਗ ਹੋਣ ਵਾਲਾ ਹੈ ਜੇ ਗੱਲ ਕਰੀਏ ਇਸ ਸੌਂਗ ਦੇ ਕ੍ਰੈਡਿਟਸ ਦੇ ਬਾਰੇ ਤਾਂ ਸੌਂਗ ਨੂੰ ਲਿਖਿਆ ਹੈ ਅਤੇ ਗਾਇਆ ਹੈ ਖੁਦ ਸਿੰਘਾ ਨੇ ਸੌਂਗ ਨੂੰ ਮਿਊਜ਼ਿਕ ਦਿੱਤਾ ਹੈ ਕਿਲ ਬੰਦੇ ਨੇ ਅਤੇ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਅਤੇ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਟਰੂ ਬੰਦੇ ਨੇ ਇਸੇ ਦੇ ਨਾਲ ਸਿੰਘਾ ਨੇ ਇਸ ਸੌਂਗ ਦੀ ਰਿਲੀਜ਼ ਡੇਟ ਵੀ ਆਪਣੇ ਫੈਨਸ ਦੇ ਨਾਲ ਸ਼ੇਅਰ ਕਰ ਦਿੱਤੀ ਹੈ ਜੀ ਬਿਲਕੁਲ ਸਿੰਘਾ ਦਾ ਇਹ ਅਪਕਮਿੰਗ ਸੌਂਗ ਰਾਜਾ ਰਾਣੀ 11 ਅਗਸਤ ਨੂੰ ਸਾਗਾ 뮤직 ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋਣ ਵਾਲਾ ਹੈ ਹੁਣ ਹੀ ਸਭ ਸੁਣਦੇ ਹੋਏ ਤੁਸੀਂ ਸਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੇ ਐਕਸਾਈਟਿਡ ਹੋ ਸਿੰਘਾ ਦੇ ਇਸ ਅਪਕਮਿੰਗ ਰੋਮਾਂਟਿਕ ਸੌਂਗ ਰਾਜਾ ਰਾਣੀ ਨੂੰ ਸੁਣਨ ਦੇ ਲਈ ਇਸੇ ਦੇ ਨਾਲ ਜੇਕਰ ਇਹ ਖਬਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨਾਲ ਰਿਲੇਟਡ ਇਹੋ ਜਿਹੀ ਹੋਰ ਅਪਡੇਟਸ ਜਾਣਨਾ ਚਾਹੁੰਦੇ ਹੋ ਫਿਰ ਸਬਸਕ੍ਰਾਈਬ ਕਰੋ ਸਾਡਾ ਚੈਨਲ ਪੰਜਾਬੀ ਬਾਕਸ ਸਤਿ ਸ਼੍ਰੀ ਅਕਾਲ